ਜੇਕਰ ਕੋਈ ਵੀ ਅਣਜਾਣ ਵਿਅਕਤੀ ਜਾਂ ਔਰਤ ਤੁਹਾਡੇ ਘਰ ਦਾ ਬੂਹਾ ਖੜਕਾਉਂਦੀ ਹੈ ਤਾਂ ਉਸ ਨੂੰ ਅੰਦਰ ਵੜਨ ਤੋਂ ਪਹਿਲਾਂ ਸਤਰਕ ਰਹਿਓ, ਕਿਤੇ ਇਹ ਨਾ ਹੋਵੇ ਕਿ ਉਹ ਤੁਹਾਡਾ ਘੁੱਗਾ ਚਿੱਤ ਕਰ ਜਾਣ। ਜੀ ਹਾਂ, ਅਜਿਹਾ ਹੀ ਹੈਰਾਨ ਕਰਕੇ ਰੱਖ ਦੇਣ ਵਾਲਾ ਮਾਮਲਾ ਹਲਕਾ ਸਮਰਾਲਾ ਤੋਂ ਸਾਹਮਣੇ ਆਇਆ। ਇਸ ਵੀਡੀਓ ਦੇ ਵਿੱਚ ਕਮਰੇ ਦੇ ਅੰਦਰ ਦਾਖਲ ਹੁੰਦੀ ਹੋਈ ਇਹ ਮੂਲ ਕੋਈ ਜਨਾਨੀ ਅਤੇ ਬੰਦਿਆਂ ਨੂੰ ਗੌਰ ਨਾਲ ਦੇਖੋ, ਜੋ ਕਿ ਪ੍ਰਾਹੁਣਿਆਂ ਵਾਂਗ ਆ ਕੇ ਸੋਫਿਆਂ 'ਤੇ ਬੈਠ ਚੁੱਕੇ ਨੇ, ਜਿਨ੍ਹਾਂ ਦੇ ਅੱਗੇ ਚਾਹ ਦੀਆਂ ਪਿਆਲੀਆਂ ਵੀ ਲਿਆ ਕੇ ਰੱਖ ਦਿੱਤੀਆਂ ਗਈਆਂ ਨੇ। ਅੱਗੇ ਜੋ ਇਹ ਕਾਰਾ ਕਰਨ ਵਾਲੇ ਨੇ ਉਹ ਦੇਖ ਤੁਹਾਡੇ ਹੋਸ਼ ਫਾਕਤਾ ਹੋ ਜਾਣਗੇ। ਘਰੋਂ ਚੀਕ ਚਿਹਾੜੇ ਦੀਆਂ ਆਵਾਜ਼ਾਂ ਸੁਣ ਜਤਿੰਦਰ ਕੌਰ ਵੀ ਸਤਰਕ ਹੋ ਚੁੱਕੀ ਸੀ, ਜਿਸ ਨੇ ਆਪਣੇ ਝਾੜੂ ਨੂੰ ਹਥਿਆਰ ਬਣਾਉਂਦੇ ਹੋਏ ਉਹਨਾਂ ਬੰਦਿਆਂ 'ਤੇ ਵਗਾ ਕੇ ਮਾਰਿਆ, ਜਿਸ ਦੇ ਨਾਲ ਉਹਨਾਂ ਦੀ ਸਕੂਟੀ ਡਾਵਾਂਡੋਲ ਹੋ ਗਈ, ਜਿਸ ਦੇ ਵਜੋਂ ਉਹ ਸਕੂਟੀ ਛੱਡ ਮੌਕੇ ਤੋਂ ਫਰਾਰ ਹੋ ਗਏ। ਕੀ ਨਾਮ ਆ ਤੁਹਾਡਾ ਜੀ? ਕਿਹੜਾ ਏਰੀਆ ਵਾ? ਜਤਿੰਦਰ ਕੌਰ ਨਾਮ ਆ ਮੇਰਾ, ਕਮਲ ਕਲੋਨੀ 'ਚ ਅਸੀਂ ਰਹਿੰਦੇ ਹਾਂ ਸਮਰਾਲੇ। ਕੀ ਘਟਨਾ ਹੋਈ ਸੀ ਜਿਹੜੀ ਸ਼ਾਮੀ ਹੋਈ ਹੈ, ਕਿੰਨੇ ਕੁ ਵਜੇ ਦੀ? ਮੈਨੂੰ ਅਚਾਨਕ ਸ਼ਾਮ ਕੁ ਜਿਹੀ, ਮੈਂ ਘਰੇ ਝਾੜੂ ਮਾਰਦੀ ਸੀ, ਸਫਾਈ ਕਰਦੀ ਸੀ, ਮੈਂ ਦੇਖਿਆ ਮੈਨੂੰ ਅਚਾਨਕ ਕੰਨਾਂ 'ਚ ਆਵਾਜ਼ ਪਈ ਵੀ ਬਚਾਓ ਬਚਾਓ ਦੀ, ਚੋਰ ਚੋਰ। ਜਦੋਂ ਮੈਂ ਇੱਥੇ ਝਾੜੂ ਮਾਰਦੀ ਸੀ ਗੇਟ ਦੇ ਕੋਲ, ਮੈਂ ਉਹੀ ਝਾੜੂ ਲੈ ਕੇ ਬਾਹਰ ਨਿਕਲੀ, ਉਹਨਾਂ ਦੇ ਮਗਰ ਪਈ, ਮਤਲਬ ਉਹ ਸਕੂਟਰੀ ਸਿੱਟ ਕੇ ਭੱਜ ਗਏ। ਕਿੰਨੇ ਬੰਦੇ ਦੇਖੇ ਨੇ ਜਿਹੜੇ ਤੁਸੀਂ? ਇੱਕ ਮੁੰਡਾ ਜਿਹਾ ਸੀਗਾ। ਇੱਕ ਮੁੰਡਾ ਜਿਹਾ ਸੀ? ਹਾਂਜੀ। ਤੇ ਰੌਲਾ ਪਾਉਣ ਤੇ ਤੁਹਾਨੂੰ ਪਤਾ ਲੱਗਿਆ? ਹਾਂਜੀ ਹਾਂਜੀ, ਮੈਨੂੰ ਆਵਾਜ਼ ਸੁਣੀ, ਮੈਂ ਇੱਥੇ ਗੇਟ ਕੋਲ ਝਾੜੂ ਮਾਰਦੀ ਸੀ ਤੇ ਮੈਂ ਬਾਹਰ ਚਲੀ ਗਈ। ਫਿਰ ਹਾਂਜੀ, ਇੱਕ ਲੇਡੀ ਸੀਗੀ, ਉਹ ਮੈਂ ਬਾਅਦ 'ਚ ਦੇਖੇ ਨੇ ਮੋਟਰਸਾਈਕਲ 'ਤੇ ਜਾਂਦੇ, ਮੈਂ ਉੱਧਰ ਵਾਪਸ ਮੁੜੀ ਨਾ ਮੁੰਡੇ। ਹਾਂਜੀ, ਉਹ ਮੈਂ ਬਾਅਦ 'ਚ ਵਾਪਸ ਮੁੜਦੀ ਨੇ ਦੇਖੇ ਨੇ, ਉੱਧਰ ਨੂੰ ਮੋਟਰਸਾਈਕਲ 'ਤੇ ਜਾਂਦੇ ਸੀ। ਪਤਾ ਨਹੀਂ ਮੈਨੂੰ ਕਿਸ ਚੀਜ਼ 'ਤੇ, ਉਹ ਸਕੂਟਰੀ 'ਤੇ ਸੀ। ਹਾਂਜੀ, ਉਹ ਉੱਧਰ ਨਹੀਂ ਭੱਜ ਗਿਆ, ਸਿੱਧੀ ਗਲੀ 'ਚ ਨੂੰ ਕੋਲ ਸਕੂਟਰੀ ਹੈ ਜਿਹੜੀ, ਉਹ ਫਿਰ ਪੁਲਿਸ ਲੈ ਗਈ। ਹਾਂਜੀ, ਉਹ ਪੁਲਿਸ ਲੈ ਗਈ। ਸਰ, ਇੱਕ ਬੀਤੇ ਦਿਨ ਇੱਕ ਕੇਸਰ ਦੇ ਘਰੇ ਕੁਛ ਅਗਿਆਤ ਬੰਦੇ ਵੜੇ ਲੁਟੇਰੇ, ਜਿਹਨਾਂ ਨੂੰ ਕਹਿੰਦੇ ਆਪਾਂ, ਕੀ ਕਰਨਾ ਹੋਈ ਹੈ? ਇਹ ਨਾ ਸੰਜੀਤ ਕੌਰ ਟੀਚਰ ਹੈ, ਆਪਣੇ ਕਮਲ ਕਲੋਨੀ ਦੇ ਵਿੱਚ ਰਹਿੰਦੇ। ਐਤਵਾਰ ਵਾਲੇ ਦਿਨ ਦੀ ਗੱਲ ਹੈ, ਇਹਨਾਂ ਦਾ ਬੇਟਾ ਨਾ ਜਸਤੇਜ
ਰਾਹੋਂ ਸੈਂਟਰ ਚਲਾਉਂਦਾ ਸੀਗਾ, ਨਸਲ ਛਡਾਊ ਸੈਂਟਰ। ਉੱਥੇ ਉਹ ਨਸਲ ਛਡਾਊ ਸੈਂਟਰ ਦੇ ਵਿੱਚ ਫੜੇ ਗਏ। ਉਹ ਫੜਨ ਤੋਂ ਬਾਅਦ ਇਹਨਾਂ ਦੇ ਘਰ ਨਾ ਇੱਕ ਲੇਡੀਜ਼ ਅਤੇ ਦੋ ਜੈਂਟਸ ਆਏ, ਕਹਿੰਦੇ ਜੀ ਅਸੀਂ ਸੈਂਟ ਉੱਥੋਂ ਆਏ ਹਾਂ ਵੀ ਸਾਡਾ। ਉਹ ਲੇਡੀਜ਼ ਨੇ ਆ ਕੇ ਦੱਸਿਆ ਵੀ ਮੇਰਾ ਭਰਾ ਉੱਥੇ ਸੈਂਟਰ ਦੇ ਵਿੱਚ ਹੁੰਦਾ ਸੀ, ਵੀ ਅਸੀਂ ਅਫਸੋਸ ਕਰਨ ਆਏ ਹਾਂ ਵੀ ਤੁਹਾਡਾ ਬੱਚਾ ਫੜਿਆ ਗਿਆ। ਅਤੇ ਇਹਨਾਂ ਨੇ ਅੰਦਰ ਬੈਠ ਕੇ ਚਾਚੂ ਵਗੈਰਾ ਪੀਤੀ, ਕਾਫੀ ਸਮਾਂ ਬੈਠੇ ਰਹੇ ਨੇ। ਬੈਠਣ ਤੋਂ ਬਾਅਦ ਫਿਰ ਇਹਨਾਂ ਦੀ ਆਪਸ ਵਿੱਚ ਹੀ ਤੂੰ ਤੂੰ ਮੈਂ ਹੋ ਗਈ, ਅਤੇ ਉਹਨੇ ਕਰਕੇ ਫਿਰ ਅਸੀਂ ਜਿਹੜੀ ਕਾਰਵਾਈ ਹੈ ਜਦੋਂ ਇਹ ਭੱਜ ਗਏ, ਉੱਥੋਂ ਰੌਲਾ ਪਾਇਆ ਲੇਡੀ ਜੀ ਨੇ, ਇਹ ਭੱਜ ਗਏ ਆਪਣੀ ਸਕੂਟਰ ਚੱਕ ਕੇ। ਜਦੋਂ ਪਤਾ ਲੱਗਿਆ ਤਾਂ ਇਹਦੀ ਸਕੂਟਰੀ ਛਾਇਆ ਉੱਥੇ ਕੰਧ ਵਿੱਚ ਲੱਗਣ ਤੋਂ ਬਾਅਦ ਉੱਥੇ ਡਿੱਗ ਪਈ, ਅਤੇ ਉਹ ਸਕੂਟਰੀ ਅਸੀਂ ਰਿਕਵਰ ਕਰ ਲਈ ਹੈ। ਇਹ ਉਹਦੇ ਵਿੱਚ ਸੀ ਸੀ ਟੀ ਵੀ ਦੇ ਵਿੱਚ ਨਹੀਂ ਆਇਆ ਵੀ ਆਵਾਜ਼ ਨਹੀਂ ਆਈ ਕੀ ਹੈ, ਲੇਕਿਨ ਇਹ ਆਪਸ ਵਿੱਚ ਹੀ ਮਤਲਬ ਖੈਬੜ ਦੇ ਦਿੱਤੀ। ਉਹ ਇਹਨਾਂ ਦੀ ਉੱਥੇ ਰਸੋਈ ਸੀ ਨੇੜੇ, ਰਸੋਈ ਦੇ ਵਿੱਚ ਇੱਕ ਬੰਦਾ ਇਹਨਾਂ ਦੇ ਵਿੱਚੋਂ ਜਿਹੜੀ ਸੀ ਸੀ ਟੀ ਵੀ ਉੱਤੇ ਜਾ ਉਹਦੇ ਵਿੱਚ ਚਾਕੂ ਲੈ ਕੇ ਨਹੀਂ। ਫਿਲਹਾਲ ਇਹਨਾਂ ਦਾ ਮਾਮਲਾ ਜਿਹੜਾ ਹੈਗਾ ਉਹ ਚੈੱਕ ਤਫਤੀਸ਼ ਦੇ ਵਿੱਚ ਹੈ, ਤਫਤੀਸ਼ ਕੀਤੀ ਜਾ ਰਹੀ ਹੈ। ਅਸੀਂ ਜਲਦੀ ਹੀ ਇਹਦੇ ਵਿੱਚ ਪਹੁੰਚ ਕੇ ਤੁਹਾਨੂੰ ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ, ਸਕੂਟੀ ਨੂੰ ਕਬਜ਼ੇ ਵਿੱਚ ਲੈ ਕੇ ਮੁਲਜ਼ਮਾਂ ਦੀ ਭਾਲ ਕੀਤੀ ਜਾ ਰਹੀ ਹੈ ਅਤੇ ਜਲਦ ਹੀ ਉਹਨਾਂ ਨੂੰ ਕਾਬੂ ਕਰ ਲਿਆ ਜਾਵੇਗਾ। ਹਕੀਕੀ ਟੀਵੀ ਪੰਜਾਬੀ ਲਈ ਸਮਰਾਲਾ ਤੋਂ ਰਵਿੰਦਰ ਸਿੰਘ ਢਿੱਲੋਂ ਦੀ ਰਿਪੋਰਟ।